ਇਹ ਤਸਵੀਰਾਂ ਲੋਹਾ ਮੰਡੀ ਗੋਬਿੰਦਗੜ੍ਹ ਦੀਆਂ ਨੇ ਜਿੱਥੇ ਕਿ ਹਿੰਦੂ ਸਮਾਜ ਦੇ ਵੱਲੋਂ ਚਿੱਟੀ ਰੋਡ ਜਾਮ ਕੀਤਾ ਗਿਆ। ਮੰਡੀ ਗੋਬਿੰਦਗੜ੍ਹ ਦੇ ਵਿੱਚ ਹਿੰਦੂ ਜਥੇਬੰਦੀਆਂ ਨੇ ਗਊ ਮਾਸ ਦੇ ਨਾਲ ਭਰਿਆ ਹੋਇਆ ਟਰੱਕ ਫੜ ਲਿਆ, ਜਿਸ ਤੋਂ ਬਾਅਦ ਚਿੱਟੀ ਰੋਡ ਤੇ ਜਾਮ ਲਗਾ ਦਿੱਤਾ। ਗੋਬਿੰਦਗੜ੍ਹ ਪੁਲਿਸ ਥਾਣਾ ਸਟਾਫ ਨੂੰ ਬਰਖਾਸਤ ਕਰਨ ਦੀ ਮੰਗ ਇਹਨਾਂ ਦੇ ਵੱਲੋਂ ਕੀਤੀ ਗਈ ਹੈ। ਤਾਂ ਹਿੰਦੂ ਜਥੇਬੰਦੀਆਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਕੋਈ ਟਰੱਕ ਦੇ ਵਿੱਚ ਗਊ ਦੇ ਮਾਸ ਦੀ ਤਸਕਰੀ ਕਰ ਰਿਹਾ। ਤਾਂ ਉਹਨਾਂ ਨੇ ਮੌਕੇ ਤੇ ਜਾ ਕੇ ਟਰੱਕ ਨੂੰ ਫੜ ਲਿਆ। ਫਿਰ ਉੱਥੇ ਹੀ ਹਿੰਦੂ ਭਾਈਚਾਰੇ ਦੇ ਲੋਕ ਪਹੁੰਚ ਗਏ ਜਿਨ੍ਹਾਂ ਨੇ ਜੀਟੀ ਰੋਡ ਨੂੰ ਜਾਮ ਕਰ ਦਿੱਤਾ। ਤੇ ਇਸ ਮੌਕੇ ਗੋਬਿੰਦਗੜ੍ਹ ਪੁਲਿਸ ਥਾਣਾ ਸਟਾਫ ਨੂੰ ਬਰਖਾਸਤ ਕਰਨ ਦੀ ਮੰਗ ਇਹਨਾਂ ਦੇ ਵੱਲੋਂ ਕੀਤੀ ਗਈ ਹੈ। ਮੇਰੇ ਕੋਲ ਸੂਚਨਾ ਸੀ ਵੀ ਆਹ ਜਿਹੜਾ ਟਰੱਕ ਖੜਿਆ ਇਹਦੇ ਅੰਦਰ 50 ਤੋਂ 70 ਕੁਇੰਟਲ ਗਊ ਮਾਸ ਭਰਿਆ ਹੋਇਆ ਜਿਹੜਾ ਸ਼੍ਰੀਨਗਰ ਜਾ ਰਿਹਾ ਸੀ, ਅਤੇ ਅਸੀਂ ਪੁਲਿਸ ਨੂੰ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ। ਮੈਂ ਸਪੈਸ਼ਲ ਇੱਥੋਂ ਦੇ ਬੰਦੇ ਜੋਗਿੰਦਰਪਾਲ ਜੀ ਨੂੰ ਥਾਣੇ 'ਚ ਭੇਜਿਆ ਵੀ ਪੁਲਿਸ ਟੀਮ ਭੇਜੋ, ਨਾਕਾਬੰਦੀ ਕਰਕੇ ਇਸ ਨੂੰ ਰੋਕਿਆ ਜਾਵੇ। ਅੱਧਾ ਘੰਟਾ ਥਾਣੇ ਦੇ ਅੰਦਰ ਇਹਨਾਂ ਨੇ ਮਿੰਨਤਾਂ ਕਰੀਆਂ, ਕੋਈ ਵੀ ਬੰਦਾ ਜਾਣ ਵਾਸਤੇ ਤਿਆਰ ਨਹੀਂ ਹੋਇਆ। ਹੁਣ ਤੁਸੀਂ ਦੇਖ ਰਹੇ ਹੋ 2-2.5 ਘੰਟੇ ਹੋ ਗਏ ਫੜੇ ਨੂੰ, ਇੱਥੇ SHO ਵੀ ਹਾਜ਼ਰ ਨਹੀਂ ਹੈ। ਮੈਨੂੰ ਦੱਸਿਆ ਇਹਨਾਂ ਨੇ, ਕਹਿੰਦੇ 30 ਤੋਂ 32 ਫੋਨ ਅਸੀਂ ਮਾਰ ਚੁੱਕੇ ਹਾਂ, ਇਹਨਾਂ ਨੇ ਫੋਨ ਨਹੀਂ ਚੱਕਿਆ। ਮੈਂ DGP ਸਾਹਿਬ ਨੂੰ ਇੱਕ ਫੋਨ ਮਾਰਿਆ ਅਤੇ ਉਹਨਾਂ ਨੇ ਪਹਿਲੀ ਮੇਰੀ ਰਿੰਗ ਤੋਂ ਉਹਨਾਂ ਨੇ ਫੋਨ ਚੁੱਕਿਆ। ਅਤੇ ਨੀਚੇ ਕੀ ਹੋ ਰਿਹਾ, ਵੱਡੇ ਅਫਸਰ ਕੋਪਰੇਟ ਵੀ ਕਰਦੇ ਹੈ, ਪਰ ਨੀਚੇ ਤੁਸੀਂ ਜੋ ਦੇਖਿਆ ਅੱਜ ਹਾਲ, ਇੰਨੇ ਫੋਨ ਕਰਨ ਤੋਂ ਬਾਵਜੂਦ ਵੀ ਕੋਈ ਇੱਥੇ ਸਾਡੀ ਮਦਦ ਕਰਨ ਵਾਸਤੇ ਨਹੀਂ ਆਇਆ। ਮਜਬੂਰਨ ਅਸੀਂ ਇਸ ਗੱਡੀ ਨੂੰ ਰੋਕਿਆ, ਸਾਡੇ ਉੱਪਰ ਵੀ ਚੜ੍ਹਾਉਣ ਦੀ ਕੋਸ਼ਿਸ਼ ਕਰੀ। ਇਹ ਜਿਹੜਾ ਮਾਸ ਹੈ ਇਹ ਪੰਜਾਬ ਦੇ ਅੰਦਰ ਵੀ ਸਪਲਾਈ ਹੁੰਦਾ, ਜਿਹੜੀਆਂ ਜਗ੍ਹਾ ਜਗ੍ਹਾ ਬਿਰਿਆਨੀ ਦੀਆਂ ਦੁਕਾਨਾਂ ਖੁੱਲੀਆਂ ਵੱਡੇ ਵੱਡੇ ਪਤੀਲਾਂ ਵਾਲੇ, ਇਹ ਸਾਰਿਆਂ ਨੂੰ ਇਹ ਗਊ ਮਾਸ ਖਵਾ ਰਹੇ ਹੈ। ਸਰਕਾਰ ਨੂੰ ਚਾਹੀਦਾ ਪੰਜਾਬ ਦੇ ਅੰਦਰੋਂ ਜੇ ਸ਼ਾਂਤੀ ਬਹਾਲ ਰੱਖਣੀ ਹੈ ਤਾਂ ਜਿਹੜੇ ਰੋਹਿੰਗੀਆ ਮੁਸਲਮਾਨ, ਜਿਹੜੇ ਬੰਗਲਾਦੇਸ਼ੀ ਮੁਸਲਮਾਨ ਪੰਜਾਬ 'ਚ ਵੜ ਚੁੱਕੇ ਹੈ, UP ਤੋਂ ਕ੍ਰਿਮੀਨਲ ਜਿਹੜੇ ਹੈ ਉਹ ਸਾਰੇ ਪੰਜਾਬ 'ਚ ਘੁਸ ਚੁੱਕੇ ਹੈ, ਉਹਨਾਂ ਦੇ ਆਉਣ ਨਾਲ ਹੀ ਪੰਜਾਬ ਦੇ ਅੰਦਰ ਇਹ ਜਿਹੜਾ ਸਾਡੇ ਸਨਾਤਨ ਦਾ ਹਸ਼ਰ ਹੋ ਰਿਹਾ। ਜਿਸ ਤਰ੍ਹਾਂ ਤੁਸੀਂ ਪਿਛਲੇ ਦਿਨੀ ਖੰਨਾ ਦੇ ਅੰਦਰ ਸਾਡੇ ਸ਼ਿਵ ਭਗਵਾਨ ਦੀ ਬੇਅਦਬੀ ਹੋਈ, ਅਤੇ ਹੁਣ ਤੁਸੀਂ ਦੇਖ ਰਹੇ ਹੋ ਗਊਆਂ ਵੱਢ ਵੱਢ ਕੇ, ਤਕਰੀਬਨ 150 ਦੇ ਕਰੀਬ ਗਊ ਵੱਢ ਕੇ ਇਹਨਾਂ ਨੇ ਇਹ ਪੈਕਟਾਂ 'ਚ ਪੈਕ ਕਰੀ ਹੋਈ ਹੈ। ਅਤੇ ਸਰਕਾਰ ਨੂੰ ਮੈਂ ਵਾਰ ਵਾਰ ਬੇਨਤੀ ਕਰਾਂਗਾ ਇਹਨਾਂ ਨੂੰ ਨੱਥ ਪਾਈ ਜਾਵੇ, ਅਸੀਂ ਸ਼ਾਂਤੀ ਚਾਹੁੰਦੇ ਹਾਂ, ਸਾਨੂੰ ਮਜਬੂਰ ਨਾ ਕੀਤਾ ਜਾਵੇ। ਅਸੀਂ ਕੋਈ ਵੱਡਾ ਐਜੀਟੇਸ਼ਨ ਕਰਨ 'ਤੇ ਮਜਬੂਰ ਹੋਈਏ। ਇਸ ਤੋਂ ਪਹਿਲਾਂ ਸਰਕਾਰ ਇਹ ਜਿਹੜਾ ਧੰਦਾ ਤਸਕਰੀ ਦਾ ਇਹਨੂੰ ਬੰਦ ਕਰਨਾ ਚਾਹੀਦਾ। ਜਗ੍ਹਾ ਜਗ੍ਹਾ ਤੁਸੀਂ ਪਿੰਡਾਂ 'ਚ ਦੇਖਿਆ ਹੋਣਾ ਮੁਸਲਮਾਨ ਗੁੱਜਰ ਮੱਝਾਂ ਲੈ ਕੇ ਬੈਠੇ ਹੈ, ਉਹਨਾਂ ਦਾ ਮੱਝਾਂ ਦਾ ਕੰਮ ਘੱਟ ਹੈ, ਗਊ ਤਸਕਰੀ ਦਾ ਅਤੇ ਗਊਆਂ ਵੱਢਣ ਦਾ ਕੰਮ ਜ਼ਿਆਦਾ ਹੈ। ਪ੍ਰਧਾਨ ਜੀ, ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਿਉਂ ਨਹੀਂ ਹੁੰਦੀ? ਜਿਵੇਂ ਰਹਿੰਦੇ ਤਾਂ ਉਰੇ ਪੰਜਾਬ 'ਚ ਨੇ ਨਾ, ਉਹਨਾਂ ਦੀ ਵੈਰੀਫਿਕੇਸ਼ਨ ਕਿਉਂ ਨਹੀਂ ਕਰਵਾਈ? ਦੇਖੋ, ਇਹ ਸਰਕਾਰਾਂ ਦੇ ਕੰਮ ਹੈ, ਇੱਕ ਹੋਟਲ 'ਚ ਕਮਰਾ ਲੈਣ ਵਾਸਤੇ ਤੁਹਾਨੂੰ ਆਧਾਰ ਕਾਰਡ ਦੇਣਾ ਪਏਗਾ ਤਾਂ ਤੁਹਾਨੂੰ ਹੋਟਲ 'ਚ ਕਮਰਾ ਮਿਲੂਗਾ। ਸਾਡੇ ਦੇਸ਼ 'ਚ ਰਹਿਣ ਵਾਸਤੇ ਕਿਸੇ ਨੂੰ ਕੋਈ ਆਧਾਰ ਕਾਰਡ ਦੀ ਲੋੜ ਨਹੀਂ ਹੈ, ਇਹ ਧਰਮਸ਼ਾਲਾ ਸਮਝਿਆ ਹੋਇਆ। ਅਤੇ ਮੈਂ ਤਾਂ ਹਿੰਦੂ ਭਰਾਵਾਂ ਨੂੰ, ਸਨਾਤਨੀਆਂ ਨੂੰ, ਸਾਰੇ ਹਿੰਦੂ ਸਿੱਖ ਵੀਰਾਂ ਨੂੰ ਵੀ ਬੇਨਤੀ ਕਰਾਂਗਾ, ਇਹ ਸਾਡੇ ਭਾਈਚਾਰੇ ਦੇ ਅੰਦਰ ਦਰਾਰ ਪਾਉਣ ਵਾਸਤੇ ਇਹ ਜਿਹੜਾ ਸਿਸਟਮ ਚੱਲ ਰਿਹਾ, ਇਸ ਨੂੰ ਰੋਕਣ ਵਾਸਤੇ ਸਾਰੇ ਇੱਕਜੁੱਟ ਹੋ ਕੇ
ਇਹਨਾਂ ਨੂੰ ਪੰਜਾਬ ਤੋਂ ਬਾਹਰ ਭਜਾਈਏ ਤਾਂ ਕਿ ਪੰਜਾਬ 'ਚ ਜਿਹੜੀ ਸ਼ਾਂਤੀ ਬਣੀ ਰਹੇ। ਜਿਹੜੇ ਅਸੀਂ ਪੁਲਿਸ ਮੁਸਲਮਾਨ ਹੈ ਸ਼੍ਰੀਨਗਰ ਦੇ ਜਿਹੜੇ ਅਸੀਂ ਫੜੇ ਹੈ, ਪਹਿਲਾਂ ਵੀ ਅਸੀਂ ਦੋ ਤਿੰਨ ਟਰੱਕ ਇੱਥੇ ਫੜ ਚੁੱਕੇ ਹਾਂ, ਦੋ ਬੰਦੇ ਫੜੇ ਹਾਂ ਅਸੀਂ ਅੱਜ ਪੂਰੇ ਮੰਡੀ ਗੋਬਿੰਦਗੜ੍ਹ ਦੇ ਵਿੱਚ ਗਊ ਮਾਸ ਨਾਲ ਭਰਿਆ ਟਰੱਕ ਫੜਿਆ। ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪੰਜਾਬ ਦੇ ਵਿੱਚ ਇੱਕ ਐਸੀ ਸਰਕਾਰ ਚੱਲ ਰਹੀ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਰਹੀ ਹੈ। ਔਰ ਥੋੜ੍ਹੇ ਦਿਨ ਪਹਿਲਾਂ ਖੰਨੇ ਵੀ ਇਹ ਘਟਨਾ ਹੋਈ ਹੈ, ਮੰਦਰ ਨੂੰ ਤੋੜਿਆ ਗਿਆ, ਲੁੱਟਿਆ ਗਿਆ, ਉੱਥੇ ਜੇ ਉਹ ਦੋਸ਼ੀ ਫੜ ਲਏ ਉੱਤਰ ਪ੍ਰਦੇਸ਼ ਜਾ ਕੇ। ਅੱਜ ਜਿਹੜੇ ਕਾਰਜਕਰਤਾ ਸੀ ਗਊ ਰੱਖਿਆ ਦਲ ਦੇ, ਉਹ ਰਾਜਪੁਰੇ ਤੋਂ ਇਹਦੇ ਪਿੱਛੇ ਲੱਗੇ ਹੋਏ ਸੀਗੇ। ਉਰੇ ਪੁਲਿਸ ਨੂੰ ਵਾਰ ਵਾਰ ਕਿਹਾ, 32 ਫੋਨ ਕੀਤੇ, ਉਰੇ ਥਾਣੇ 'ਚ ਵੀ ਆਏ, ਪਰ ਪੰਜਾਬ ਸਰਕਾਰ ਵੀ ਸੁੱਤੀ ਪਈ ਆ, ਉਹਦੇ ਨਾਲ ਨਾਲ ਪੰਜਾਬ ਪੁਲਿਸ ਵੀ ਸੁੱਤੀ ਪਈ ਆ। ਇਹਨਾਂ ਨੂੰ ਕਿਹਾ ਵੀ ਸਾਡੇ ਨਾਲ ਬੰਦੇ ਭੇਜ ਦਿਓ, ਉਹਨਾਂ ਨੇ ਨਹੀਂ ਭੇਜੇ। ਕਾਰਜਕਰਤਾ ਨੇ ਆਪ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਉਹ ਟਰੱਕ ਨੂੰ ਫੜਿਆ, ਜਦਕਿ ਇਹਨਾਂ ਦੇ ਉੱਪਰ ਚੜ੍ਹਾਉਣ ਲੱਗਿਆ ਟਰੱਕ ਵਾਲਾ, ਫੜ ਕੇ ਉਹਨਾਂ ਨੂੰ ਉਰੇ ਥਾਣੇ ਲਿਆਏ। ਹੁਣ ਵੀ 2 ਘੰਟੇ ਹੋ ਗਏ, ਪੁਲਿਸ ਦਾ ਕੋਈ ਵੀ ਜ਼ਿੰਮੇਵਾਰ ਵਿਅਕਤੀ ਉਰੇ ਨਹੀਂ, ਨਾ DSP ਹੈ, ਨਾ SHO ਹੈ, ਔਰ ਫੋਨ 'ਤੇ ਕਹੀ ਜਾਂਦੇ ਗੱਲ ਕਰ ਲਓ। ਇਹ ਜਿਹੜਾ ਇਹ ਆਹ ਦੇਖੋ ਤੁਹਾਡਾ ਸਾਹਮਣੇ ਆ, ਆਹ ਇੱਕ ਪੈਕਟ ਕੱਢ ਕੇ ਰੱਖੇ ਨੇ, ਇਹ ਬਹੁਤ ਬੜਾ ਤਸਕਰੀ ਦਾ ਅੱਡਾ ਬਣ ਗਿਆ। ਪੰਜਾਬ ਐਸੀ ਸਟੇਟ ਆ ਜਿੱਥੇ ਮੈਕਸੀਮਮ ਬੰਗਲਾਦੇਸ਼ੀ ਆ ਕੇ ਸ਼ਰਨ ਲੈ ਰਹੇ ਨੇ। ਤੁਸੀਂ ਜਿੰਨੇ ਚੌਂਕ ਨੇ ਪੂਰੇ ਪੰਜਾਬ 'ਚ, ਉਹਨਾਂ 'ਤੇ ਦੇਖ ਲਓ ਜੂਸ ਦੀਆਂ ਰੇਹੜੀਆਂ ਲੱਗੀਆਂ, ਪਿਛਲੇ ਜੱਦੀ ਸਰਕਾਰ ਆਈ, ਇਹ ਸਾਰੇ ਉਹ ਬੰਗਲਾਦੇਸ਼ੀ ਨੇ, ਉਹਨਾਂ ਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ। ਉਰੇ ਸ਼ਮਾ ਢਾਬੇ ਕੋਲ 'ਤੇ ਜਿੱਥੇ ਬਿਰਿਆਨੀ ਖਿਲਾਈ ਜਾਂਦੀ ਆ, ਆਪਾਂ ਉਰੇ ਸਾਡੇ ਪੰਜਾਬ ਦੇ ਲੋਕ ਵੀ ਨੌਨ ਵੈਜ ਖਾਂਦੇ ਨੇ, ਇੱਕ ਹਲਾਲ ਦਾ ਹੁੰਦਾ, ਇੱਕ ਉਹ ਦੂਸਰਾ ਹੁੰਦਾ ਹੈ ਝਟਕੇ ਦਾ। ਤਾਂ ਉਰੇ ਜਿਹੜਾ ਹਲਾਲ ਦਾ ਮੀਟ ਖਿਲਾਉਣ ਵਾਸਤੇ ਇਹ ਸਾਰਾ ਕੁਝ ਜਿਹੜਾ ਹੈ ਪ੍ਰੀ ਪਲੈਨਡ ਚੱਲ ਰਿਹਾ, ਲੋਕਾਂ ਦਾ ਧਰਮ ਭ੍ਰਸ਼ਟ ਕੀਤਾ ਜਾ ਰਿਹਾ। ਪੰਜਾਬ ਪੁਲਿਸ ਸੁੱਤੀ ਪਈ ਹੈ, SHO ਸੁੱਤਾ ਪਿਆ ਹੈ। ਹੁਣ ਵਾਰ ਵਾਰ ਜਦ ਅਸੀਂ ਧਰਨਾ ਲਾਇਆ, ਸਾਨੂੰ ਮਜਬੂਰ ਹੋਣਾ ਪਿਆ ਧਰਨਾ ਲਾਉਣ ਵਾਸਤੇ, ਕਿਉਂਕਿ ਕੋਈ ਉਰੇ ਸੁਣਵਾਈ ਨਹੀਂ ਹੋ ਰਹੀ ਸੀ। ਪਿਛਲੇ 2-3 ਘੰਟੇ ਦੇ ਕੰਮ ਕਰ ਰਹੇ ਸੀ। ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ, DGP ਪੰਜਾਬ ਤੋਂ ਮੰਗ ਕਰਦੇ ਹਾਂ ਕਿ ਮੰਡੀ ਗੋਬਿੰਦਗੜ੍ਹ ਦੀ ਜਿਹੜੀ ਪੁਲਿਸ ਆ, ਇਹ ਸਾਰੇ ਥਾਣੇ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ, ਸਸਪੈਂਡ ਕੀਤਾ ਜਾਵੇ, ਕਿਉਂਕਿ ਇਹ ਡਿਊਟੀ ਨਹੀਂ ਦੇ ਰਹੇ। ਜੇ ਇੱਥੇ ਟਰੱਕ ਸਾਡੇ ਕਾਰਜਕਰਤਾ ਤੋਂ ਉੱਤੇ ਚੜ੍ਹਾ ਦਿੰਦੇ, ਇਹ ਮਰ ਜਾਂਦੇ 5-4 ਬੰਦੇ, ਉਹਦਾ ਕੌਣ ਜ਼ਿੰਮੇਵਾਰ ਸੀ? SHO ਸਾਹਿਬ ਅਜੇ ਤੱਕ ਸੁੱਤੇ ਪਏ ਨੇ, ਕੋਈ ਇੱਥੇ ਸੁਣਵਾਈ ਨਹੀਂ ਹੈ। ਉਰੇ ਪੈਸੇ ਦਾ ਭ੍ਰਿਸ਼ਟਾਚਾਰ ਦਾ ਅੱਡਾ ਇਹਨਾਂ ਨੇ ਬਣਾ ਰੱਖਿਆ ਹੈ, ਜਣੇ ਖਣੇ ਤੋਂ ਪੈਸੇ ਲੈਂਦੇ ਨੇ, ਆਹ ਸਕੂਟਰ ਮੋਟਰਸਾਈਕਲ ਵਾਲਿਆਂ ਨੂੰ ਘੇਰ ਘੇਰ ਕਰਦੇ ਨੇ। ਇੱਕੋ ਟਰੱਕ ਜਾ ਰਿਹਾ ਜਿਹਦੇ ਵਿੱਚ ਗਊ ਮਾਸ ਭਰਿਆ ਹੋਇਆ, ਕੋਈ ਉਹਦਾ ਨੰਬਰ ਨਹੀਂ, ਕੋਈ ਉਹਦੀ GST ਨਹੀਂ, ਕੋਈ ਕੁਛ ਨਹੀਂ, ਉਹਦੀ ਕਿਤੇ ਰੋਕ ਟੋਕ ਨਹੀਂ। ਅੱਜ ਪੰਜਾਬ ਦੇ ਵਿੱਚ ਹਾਲਾਤ ਪੰਜਾਬ ਦੀ ਸਰਕਾਰ ਅਤੇ ਪੰਜਾਬ ਪੁਲਿਸ ਨੇ ਬੁਰੇ ਕੀਤੇ ਹੋਏ ਨੇ। ਅਸੀਂ ਉਦੋਂ ਤੱਕ ਉਰੇ ਧਰਨਾ ਲਾਈ, ਸਾਰੇ ਕਾਰਜਕਰਤਾ ਬੈਠੇ ਨੇ, ਸਾਰੇ ਹਿੰਦੂ ਸਮਾਜ ਦੇ ਜਿਹੜੇ ਗਊ ਮਾਤਾ ਨੂੰ ਪਿਆਰ ਕਰਦੇ ਨੇ ਅਤੇ ਉਹ ਕਿਸੇ ਵੀ ਪੂਜਾ ਪੱਧਤੀ ਨੂੰ ਮੰਨਦੇ ਹੋਣ, ਸਾਰੇ ਉਰੇ ਬੈਠੇ ਨੇ। ਹੋਰ ਵੀ ਖੰਨੇ ਤੋਂ, ਗੋਬਿੰਦਗੜ੍ਹ ਤੋਂ, ਮਲੋਹ ਤੋਂ, ਮੰਡੀ ਗੋਬਿੰਦਗੜ੍ਹ, ਸਾਰੀਆਂ ਸੰਸਥਾਵਾਂ ਉਰੇ ਇਕੱਠੀਆਂ ਹੋ ਰਹੀਆਂ ਨੇ। ਅਸੀਂ ਛੇਤੀ ਤੋਂ ਛੇਤੀ ਕਹਿੰਦੇ ਹਾਂ ਵੀ ਸਾਰੇ ਕਾਰਜਕਰਤਾ ਇੱਥੇ ਪਹੁੰਚੋ, ਔਰ ਇਹ ਜਿਹੜਾ ਅਨਿਆਇ ਹੋ ਰਿਹਾ ਉਹਦੇ ਖਿਲਾਫ਼ ਆਪਾਂ ਲੜਾਈ ਲੜੀਏ। ਧੰਨਵਾਦ। ਅੱਜ ਪੂਰੇ ਮੰਡੀ ਗੋਬਿੰਦਗੜ੍ਹ ਦੇ ਵਿੱਚ ਗਊ ਮਾਸ ਨਾਲ ਭਰਿਆ ਟਰੱਕ ਫੜਿਆ। ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪੰਜਾਬ ਦੇ ਵਿੱਚ ਇੱਕ ਐਸੀ ਸਰਕਾਰ ਚੱਲ ਰਹੀ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਰਹੀ ਹੈ। ਔਰ ਥੋੜ੍ਹੇ ਦਿਨ ਪਹਿਲਾਂ ਖੰਨੇ ਵੀ ਇਹ ਘਟਨਾ ਹੋਈ ਹੈ, ਮੰਦਰ ਨੂੰ ਤੋੜਿਆ ਗਿਆ, ਲੁੱਟਿਆ ਗਿਆ, ਉੱਥੇ ਜੇ ਉਹ ਦੋਸ਼ੀ ਫੜ ਲਏ ਉੱਤਰ ਪ੍ਰਦੇਸ਼ ਜਾ ਕੇ। ਅੱਜ ਜਿਹੜੇ ਕਾਰਜਕਰਤਾ ਸੀ ਗਊ ਰੱਖਿਆ ਦਲ ਦੇ, ਉਹ ਰਾਜਪੁਰੇ ਤੋਂ ਇਹਦੇ ਪਿੱਛੇ ਲੱਗੇ ਹੋਏ ਸੀਗੇ। ਉਰੇ ਪੁਲਿਸ ਨੂੰ ਵਾਰ ਵਾਰ ਕਿਹਾ, 32 ਫੋਨ ਕੀਤੇ, ਉਰੇ ਥਾਣੇ 'ਚ ਵੀ ਆਏ, ਪਰ ਪੰਜਾਬ ਸਰਕਾਰ ਵੀ ਸੁੱਤੀ ਪਈ ਆ, ਉਹਦੇ ਨਾਲ ਨਾਲ ਪੰਜਾਬ ਪੁਲਿਸ ਵੀ ਸੁੱਤੀ ਪਈ ਆ। ਇਹਨਾਂ ਨੂੰ ਕਿਹਾ ਵੀ ਸਾਡੇ ਨਾਲ ਬੰਦੇ ਭੇਜ ਦਿਓ, ਉਹਨਾਂ ਨੇ ਨਹੀਂ ਭੇਜੇ। ਕਾਰਜਕਰਤਾ ਨੇ ਆਪ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਉਹ ਟਰੱਕ ਨੂੰ ਫੜਿਆ, ਜਦਕਿ ਇਹਨਾਂ ਦੇ ਉੱਪਰ ਚੜ੍ਹਾਉਣ ਲੱਗਿਆ ਟਰੱਕ ਵਾਲਾ, ਫੜ ਕੇ ਉਹਨਾਂ ਨੂੰ ਉਰੇ ਥਾਣੇ ਲਿਆਏ।
ਹੁਣ ਵੀ 2 ਘੰਟੇ ਹੋ ਗਏ, ਪੁਲਿਸ ਦਾ ਕੋਈ ਵੀ ਜ਼ਿੰਮੇਵਾਰ ਵਿਅਕਤੀ ਉਰੇ ਨਹੀਂ, ਨਾ DSP ਹੈ ਨਾ SHO ਹੈ, ਔਰ ਫੋਨ 'ਤੇ ਕਹੀ ਜਾਂਦੇ ਗੱਲ ਕਰ ਲਓ। ਇਹ ਜਿਹੜਾ ਇਹ ਆਹ ਦੇਖੋ ਤੁਹਾਡਾ ਸਾਹਮਣੇ ਆ, ਆਹ ਇੱਕ ਪੈਕਟ ਕੱਢ ਕੇ ਰੱਖੇ ਨੇ, ਇਹ ਬਹੁਤ ਬੜਾ ਤਸਕਰੀ ਦਾ ਅੱਡਾ ਬਣ ਗਿਆ। ਪੰਜਾਬ ਐਸੀ ਸਟੇਟ ਆ ਜਿੱਥੇ ਮੈਕਸੀਮਮ ਬੰਗਲਾਦੇਸ਼ੀ ਆ ਕੇ ਸ਼ਰਨ ਲੈ ਰਹੇ ਨੇ। ਤੁਸੀਂ ਜਿੰਨੇ ਚੌਂਕ ਨੇ ਪੂਰੇ ਪੰਜਾਬ 'ਚ, ਉਹਨਾਂ 'ਤੇ ਦੇਖ ਲਓ ਜੂਸ ਦੀਆਂ ਰੇਹੜੀਆਂ ਲੱਗੀਆਂ, ਪਿਛਲੇ ਜੱਦੀ ਸਰਕਾਰ ਆਈ, ਇਹ ਸਾਰੇ ਹੀ ਉਹ ਬੰਗਲਾਦੇਸ਼ੀ ਨੇ, ਉਹਨਾਂ ਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ। ਉਰੇ ਸ਼ਮਾ ਢਾਬੇ ਕੋਲ 'ਤੇ ਜਿੱਥੇ ਬਿਰਿਆਨੀ ਖਿਲਾਈ ਜਾਂਦੀ ਆ, ਆਪਾਂ ਉਰੇ ਸਾਡੇ ਪੰਜਾਬ ਦੇ ਲੋਕ ਵੀ ਨੌਨ ਵੈਜ ਖਾਂਦੇ ਨੇ, ਇੱਕ ਹਲਾਲ ਦਾ ਹੁੰਦਾ, ਇੱਕ ਉਹ ਦੂਸਰਾ ਹੁੰਦਾ ਹੈ ਝਟਕੇ ਦਾ, ਤਾਂ ਉਰੇ ਜਿਹੜਾ ਹਲਾਲ ਦਾ ਮੀਟ ਖਿਲਾਉਣ ਵਾਸਤੇ ਇਹ ਸਾਰਾ ਕੁਝ ਜਿਹੜਾ ਹੈ ਪ੍ਰੀ ਪਲੈਂਡ ਚੱਲ ਰਿਹਾ, ਲੋਕਾਂ ਦਾ ਧਰਮ ਭ੍ਰਸ਼ਟ ਕੀਤਾ ਜਾ ਰਿਹਾ। ਪੰਜਾਬ ਪੁਲਿਸ ਸੁੱਤੀ ਪਈ ਹੈ, SHO ਸੁੱਤਾ ਪਿਆ ਹੈ। ਹੁਣ ਵਾਰ ਵਾਰ ਜਦ ਅਸੀਂ ਧਰਨਾ ਲਾਇਆ, ਸਾਨੂੰ ਮਜਬੂਰ ਹੋਣਾ ਪਿਆ ਧਰਨਾ ਲਾਉਣ ਵਾਸਤੇ, ਕਿਉਂਕਿ ਕੋਈ ਉਰੇ ਸੁਣਵਾਈ ਨਹੀਂ ਹੋ ਰਹੀ ਸੀ। ਪਿਛਲੇ 2-3 ਘੰਟੇ ਦੇ ਕੰਮ ਕਰ ਰਹੇ ਸੀ। ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ, DGP ਪੰਜਾਬ ਤੋਂ ਮੰਗ ਕਰਦੇ ਹਾਂ ਕਿ ਮੰਡੀ ਗੋਬਿੰਦਗੜ੍ਹ ਦੀ ਜਿਹੜੀ ਪੁਲਿਸ ਆ, ਇਹ ਸਾਰੇ ਥਾਣੇ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ, ਸਸਪੈਂਡ ਕੀਤਾ ਜਾਵੇ, ਕਿਉਂਕਿ ਇਹ ਡਿਊਟੀ ਨਹੀਂ ਦੇ ਰਹੇ। ਜੇ ਇੱਥੇ ਟਰੱਕ ਸਾਡੇ ਕਾਰਜਕਰਤਾ ਦੇ ਉੱਤੇ ਚੜਾ ਦਿੰਦੇ, ਇਹ ਮਰ ਜਾਂਦੇ 5-4 ਬੰਦੇ, ਉਹਦਾ ਕੌਣ ਜ਼ਿੰਮੇਵਾਰ ਸੀ? SHO ਸਾਹਿਬ ਅਜੇ ਤੱਕ ਸੁੱਤੇ ਪਏ ਨੇ, ਕੋਈ ਇੱਥੇ ਸੁਣਵਾਈ ਨਹੀਂ ਹੈ। ਉਰੇ ਪੈਸੇ ਦਾ ਭ੍ਰਿਸ਼ਟਾਚਾਰ ਦਾ ਅੱਡਾ ਇਹਨਾਂ ਨੇ ਬਣਾ ਰੱਖਿਆ ਹੈ, ਜਣੇ ਖਣੇ ਤੋਂ ਪੈਸੇ ਲੈਂਦੇ ਨੇ, ਆਹ ਸਕੂਟਰ ਮੋਟਰਸਾਈਕਲ ਵਾਲਿਆਂ ਨੂੰ ਘੇਰ ਘੇਰ ਕਰਦੇ ਨੇ। ਇੱਕੋ ਟਰੱਕ ਜਾ ਰਿਹਾ ਜਿਹਦੇ ਵਿੱਚ ਗਊ ਮਾਸ ਭਰਿਆ ਹੋਇਆ, ਕੋਈ ਉਹਦਾ ਨੰਬਰ ਨਹੀਂ, ਕੋਈ ਉਹਦੀ GST ਨਹੀਂ, ਕੋਈ ਕੁਛ ਨਹੀਂ, ਉਹਦੀ ਕਿਤੇ ਰੋਕ ਟੋਕ ਨਹੀਂ। ਅੱਜ ਪੰਜਾਬ ਦੇ ਵਿੱਚ ਹਾਲਾਤ ਪੰਜਾਬ ਦੀ ਸਰਕਾਰ ਅਤੇ ਪੰਜਾਬ ਪੁਲਿਸ ਨੇ ਬੁਰੇ ਕੀਤੇ ਹੋਏ ਨੇ। ਅਸੀਂ ਉਦੋਂ ਤੱਕ ਉਰੇ ਧਰਨਾ ਲਾਈ, ਸਾਰੇ ਕਾਰਜਕਰਤਾ ਬੈਠੇ ਨੇ, ਸਾਰੇ ਹਿੰਦੂ ਸਮਾਜ ਦੇ ਜਿਹੜੇ ਗਊ ਮਾਤਾ ਨੂੰ ਪਿਆਰ ਕਰਦੇ ਨੇ ਅਤੇ ਉਹ ਕਿਸੇ ਵੀ ਪੂਜਾ ਪੱਧਤੀ ਨੂੰ ਮੰਨਦੇ ਹੋਣ, ਸਾਰੇ ਉਰੇ ਬੈਠੇ ਨੇ। ਹੋਰ ਵੀ ਖੰਨੇ ਤੋਂ, ਗੋਬਿੰਦਗੜ੍ਹ ਤੋਂ, ਮਲੋਹ ਤੋਂ, ਮੰਡੀ ਗੋਬਿੰਦਗੜ੍ਹ, ਸਾਰੇ ਸੰਸਥਾਵਾਂ ਉਰੇ ਇਕੱਠੀਆਂ ਹੋ ਰਹੀਆਂ ਨੇ। ਅਸੀਂ ਛੇਤੀ ਤੋਂ ਛੇਤੀ ਕਹਿੰਦੇ ਹਾਂ ਵੀ ਸਾਰੇ ਕਾਰਜਕਰਤਾ ਇੱਥੇ ਪਹੁੰਚੋ, ਔਰ ਇਹ ਜਿਹੜਾ ਅਨਿਆਏ ਹੋ ਰਿਹਾ ਉਹਦੇ ਖਿਲਾਫ਼ ਆਪਾਂ ਲੜਾਈ ਲੜੀਏ। ਧੰਨਵਾਦ, ਬਹੁਤ ਬਹੁਤ।